नमस्कार मैं हूं आपके साथ विवेक डोगरा आइए नजर डालते हैं आज की कुछ ताजा तरीन पंजाब की खबरों पर ਗਰਦੇਵ ਸਿੰਘ ਸਾਨਾ ਮਸਾਕਾ ਸਿੰਘ ਇਹਨੂੰ ਕਿ ਅਸੀਂ ਦੇਵ ਹੀ ਕਹਿੰਦੇ ਆ ਬਹੁਤ ਹੀ ਇੱਕ ਮਿਹਨਤੀ ਇਨਸਾਨ ਆ ਤੇ ਬਹੁਤ ਹੀ ਵਧੀਆ ਉਹ ਕਾਫੀ ਟਾਈਮ ਤੋਂ ਰੱਖਿਦਾ ਕੰਮ ਕਰਦਾ ਹੈਗਾ ਲੋਗੜ ਤੋਂ ਸਵਾਰੀ ਲੈ ਕੇ ਤਰਨਗੁਰ ਜਾਣਾ ਤਰਨਗੁਰ ਤੋਂ ਲੋਗੜ ਲਿਆਉਣਾ ਹੋਰ ਵੀ ਕੋਈ ਜਿਹੜਾ ਸਾਮਾਨ ਸੱਪਾ ਲੈ ਆਉਂਦਾ ਸੀ ਹਰ ਇੱਕ ਘਰ ਦੇ ਨਾਲ ਉਸ ਬੰਦੇ ਦਾ ਇਨਸਾਨ ਦਾ ਪਿਆਰ ਹੈਗਾ ਉਹ ਕਾਫੀ ਲੰਮੇ ਟਾਈਮ ਤੋਂ ਕੁਝ ਟਾਈਮ ਪਹਿਲਾਂ ਜਿਹੜੀ ਸੜਕ ਸਾਡੀ ਖਰਾਬੀ ਹੁੰਦੀ ਸੀ ਹੁਣ ਤਾਂ ਸੜਕ 18 ਫੁੱਟੀ ਜਿਹੜੀ ਆ ਉਹ ਚੌੜੀ ਬਣ ਗਈ ਆ ਪਰ ਉਸ ਟਾਈਮ ਦੇ ਉੱਤੇ ਵੀ ਉਸ ਬੰਦੇ ਨੇ ਚੋਈ ਟੋਆ ਪਿਆਉਣਾ ਤੇ ਪਾਸੇ ਰੋੜੇ ਪਏ ਹੋਣੇ ਝੋਲੀ ਚ ਪਾ ਕੇ ਰੋੜੇ ਪਾ ਕੇ ਉਹ ਟੋਏ ਦੇ ਵਿੱਚ ਪਾ ਦੇਣੇ ਤੇ ਉੱਤੇ ਮਿੱਟੀ ਪਾ ਦੇਣੀ ਕਸੀਆ ਉਹਦਾ ਦਾ ਰੱਖਸ਼ੇ ਦੇ ਮਗਰ ਟੰਗਿਆ ਹੁੰਦਾ ਸੀ ਹੁਣ ਵੀ ਉਹ ਰੱਖਸ਼ੇ ਦੇ ਮਗਰ ਜਿਹੜਾ ਹੈਗਾ ਕੱਲ ਵੀ ਜਦੋਂ ਮੈਂ ਘਰੇ ਗਿਆ ਉਹ ਰੱਖਸ਼ੇ ਦੇ ਮਗਰ ਕਸੀਆ ਨਾਲ ਹੀ ਹੁੰਦਾ ਤੇ ਰੱਖਸ਼ਾ ਲੈ ਕੇ ਧਰਮਗੋੜ ਗਿਆ ਸੀ ਉਹ ਜਿਹਦਾ ਥੋੜੇ ਦਿਨ ਹੋਈ ਆ ਫੇਰ ਸੜਕ ਵੀ ਚੌੜੀ ਬਣ ਗਈ ਇੱਕ ਦਿਨ ਫੇਰ ਬਲੇਰੀ ਦੀ ਮਿੱਟੀ ਪਾਈ ਜਾਵੇ ਅਸੀਂ ਲੰਗੇ ਜਾਂਦੇ ਸੀ ਮੈਂ ਇਹਨਾਂ ਨੂੰ ਨਾਲ ਦੇ ਸਾਥੇ ਨੂੰ ਕਿਹਾ ਮੈਂ ਕਿਹਾ ਯਾਰ ਇਹ ਦੇਬ ਅਜੇ ਵੀ ਨਹੀਂ ਹਟਦਾ ਹੁਣ ਸੜਕ ਵੀ 18 ਫੁੱਟੀ ਚੌੜੀ ਹੋ ਗਈ ਆ ਸਾਰਾ ਕੁਸ਼ ਦੇ ਦੇਵ ਹਜੇ ਵੀ ਉਹ ਨਿਬੰਧ ਕਰੀ ਜਾਂਦਾ ਇਹਦੇ ਵੀ ਜਿਹੜੇ ਇਨਸਾਨ ਨੂੰ ਇਹ ਲੱਗਾ ਹੈ ਨਾ ਕੰਮ ਕਰਨ ਦਾ ਸ਼ੌਂਕ ਆ ਉਹ ਇਹ ਨਹੀਂ ਹਟਦੇ ਬਹੁਤ ਵਧੀਆ ਇਨਸਾਨ ਇੱਕ ਜਿਹੜਾ ਹਰ ਇੱਕ ਦਾ ਮਿਲਜੋਲ ਤੇ ਹਰ ਇੱਕ ਦੇ ਕੰਮ ਆਉਣ ਵਾਲਾ ਤੇ ਬਹੁਤ ਹੀ ਵਧੀਆ ਮਿਹਨਤੀ ਇਨਸਾਨ ਜਿਹੜਾ ਕਿ ਕਾਫੀ ਜਿਹੜਾ ਜੇ ਕਾਫੀ ਟਾਈਮ 70-72 ਸਾਲ ਉਪਰ ਹੋਊਗੀ ਪਰ ਰਖਸ਼ਾ ਲੈ ਕੇ ਕਹਿੰਦੇ ਬਈ ਹਜੂਰ ਸਾਹਿਬ ਵੀ ਜਾਵਨੂਗਾ ਵਗੈਰੇ ਸਵਾਰੀ ਬਾਕੇ ਤੇ ਇੰਨਾ ਜਾਨੀ ਉਹਨੂੰ ਅੱਜ ਵਿਸ਼ਵਾਸ ਹੈਗਾ ਆਪਣੇ ਆਪ ਦੇ ਗੁਰੂ ਮਹਾਰਾਜ ਤੇ ਤੇ ਪਰ ਉਹ ਕਹਿੰਦੇ ਜਿਵੇਂ ਕਹਿੰਦੇ ਹੁੰਦੇ ਨਾ ਕਿ ਪ੍ਰਮਾਤਮਾ ਜਿਹੜਾ ਹਰੇਕ ਇਨਸਾਨ ਦੀ ਸੁਣਦਾ ਤੇ 2.5 ਕਰੋੜ ਦੀ ਲਾਟਰੀ ਜਦੋਂ ਪਾਸੋਂ ਨਿਕਲੀ ਆ ਸਾਰੇ ਪਿੰਡ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਦੌੜੀ ਹਰੇਕ ਇਨਸਾਨ ਕਹਿੰਦਾ ਬਹੁਤ ਵਧੀਆ ਜਿਹੜਾ ਉਹਦਾ ਜੋ ਨੇ ਕੀਤਾ ਕੰਮ ਆ ਉਹਦਾ ਫਲ ਮਿਲਿਆ ਹੈਗਾ ਅਸੀਂ ਅੱਜ ਸਾਰੇ ਨੱਗਰ ਵਾਸੀ ਸਾਰੇ ਮਾਇਆ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਕਾਮਨਾ ਕਰਦਾ ਹੈ ਕਿ ਪਰਿਵਾਰ ਖੁਸ਼ੀਆਂ ਖੁੜੇਸ ਪਰਿਵਾਰ ਚਾਹਣ ਤੇ ਬਹੁਤ ਹੀ ਵਧੀਆ ਜਿਹੜਾ ਅਜ ਲਾਠੀ ਨਿਕਲੀ ਆ ਇਸ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਅਜੋ ਦਾ ਬੇਟਾ ਵੀ ਸਾਡਾ ਬੰਦਰ ਸਿੰਘ ਸਾਡੇ ਕੋਲੇ ਵਿਯੂਜ ਬੈਠਾ ਹੈਗਾ ਤੇ ਉਹ ਵੀ ਹੋੜ ਕਿਸੇ ਧਰਮ ਘਰ ਗਿਆ ਹੋਣਾ ਤੇ ਸਾਰੇ ਪਿੰਡ ਦੇ ਵਿੱਚ ਬੜੀ ਖੁਸ਼ੀ ਹੈਗੀ ਹੈ ਇਸ ਗੱਲ ਦੀ ਗੁਰਚਨ ਕੌਰ ਜੀ ਕੀ ਲੱਗਦਾ ਤੁਹਾਨੂੰ ਤੁਹਾਡੇ ਜਿੰਨਾ ਲੋਟਰੀ ਨਿਕਲੀ ਹੈ ਸੋਹਰਾ ਜੀ ਸਾਡਾ ਲੱਗਦਾ ਅਸੀਂ 9 ਹਾਂ 4 9 ਹਾਂ ਉਹ ਕੀ ਕਹਿਣਾ ਚਾਹੋਗੇ ਬਹੁਤ ਵੱਡੀ ਅਮਾਉਂਟ ਜਿਹੜੀ ਅੱਜ ਨਾਮ ਬਦੋ ਜਿੱਤੀ ਉਹਨਾਂ ਨੇ ਹਾਂਜੀ ਸਾਨੂੰ ਬਹੁਤ ਬਹੁਤ ਖੁਸ਼ੀ ਆ ਜੀ ਅਸੀਂ ਸਾਡਾ ਜਗਾ ਥੋੜੀ ਸੀ ਇਹ 6 4 ਭਰਾ ਆ ਸਾਡੀ ਜਗਾ ਬਹੁਤ ਥੋੜੀ ਸੀ ਵੀ ਆਹੀ ਜਗਾ ਜਿਹੜੀ ਜਗਾ 'ਚ ਆਪਾਂ ਖੜੇ ਆ ਇੱਥੇ 4 ਭਰਾ ਰਹਿੰਦੇ ਆ ਵੀ ਸਾਡੇ ਸੋਹਰੇ ਨੂੰ ਵੀ ਸੇਵਾ ਨੂੰ ਮੇਵਾ ਲੱਗੀ ਆ ਵੀ ਅਸੀਂ ਥਾਂ ਲਵਾਂਗੇ ਕਮਰੇ ਪਾਵਾਂਗੇ ਵੀ ਆਪਦਾ ਘਰ ਬਾਹਰ ਵਧੀਆ ਬੱਚਿਆਂ ਨੂੰ ਬਣਾ ਕੇ ਦਿਹਾਗੇ ਲੱਗੇ ਸੀ ਕਦੇ ਵੀ 2.5 ਕਰੋੜ ਰੁਪਏ ਬਹੁਤ ਵੱਡੀ ਅਮਾਉਂਟ ਨਹੀਂ ਜੀ ਕਦੇ ਅਸੀਂ ਸੁਪਨੇ ਵੀ ਨਹੀਂ ਸੀ ਲਾਏਗੇ ਵੀ ਅਸੀਂ ਇੱਥੋਂ ਤੱਕ ਪਹੁੰਚਾਂਗੇ ਸਾਨੂੰ ਮਹਾਰਾਜ ਇੱਥੋਂ ਤੱਕ ਪਹਜਾਊਗਾ ਸਾਡਾ ਸੋਹਰਾ ਸੇਵਾ ਕਰੂਗਾ ਵੀ ਸਾਨੂੰ ਸਾਡਾ ਸੋਹਰਾ ਇੱਥੋਂ ਤੱਕ ਪਹਜਾਊਗਾ ਮੇਦਨ ਸੀ ਕੀ ਕੰਮ ਕੀ ਕਰਦੇ ਸੀਗੇ ਜਿਵੇਂ ਰਸ਼ਕਾ ਚਲਾਉਣ ਦੇ ਨਾਲ ਨਾਲ ਹੋਰ ਵੀ ਹਾਂਜੀ ਰਸ਼ਕਾ ਚਲਾਉਂਦੇ ਸੀਗੇ ਰਸ਼ਕਾ ਚਲਾਉਂਦੇ ਨਾਲ ਸੜਕਾਂ ਤੇ ਮਿੱਟੀ ਪਾਉਂਦੇ ਸੀਗੇ ਵਿੱਚੋਂ ਜਿਹੜੇ ਵੱਟਾ ਬੁੱਟੇ ਖਿੰdre ਹੁੰਦੇ ਸੀ ਉਹ ਝੋਲੀ ਚ ਪਾ ਕੇ ਸਾਈਡ ਤੇ ਸੁੱਟ ਕੇ ਆਉਂਦੇ ਸੀਗੇ ਵੀ ਉਖਲੀਆਂ ਵਗੇੜੀਆਂ ਹੁੰਦੀਆਂ ਸੀ ਉਹਨਾਂ ਨੂੰ ਵੀ ਪੂਰਦੇ ਸੀ ਮਿੱਟੀ ਪਾ ਕੇ ਦੂਰੋਂ ਮਿੱਟੀ ਲਿਆਣ ਕੇ ਉਹਨਾਂ ਨੂੰ ਪੂਰਦੇ ਸੀ ਮਿਹਨਤ ਦਾ ਫਲ ਮਿਲਿਆ ਕਿੰਨਾ ਮਿਲਿਆ ਜੀ ਹਾਂਜੀ ਮਿਹਨਤ ਦਾ ਫਲ ਮਿਲਿਆ ਵੀ ਹੋਰੇ ਯਾਤਰੇ ਬਹੁਤ ਕਰੰਦਾ ਸੀਗਾ ਸਾਡਾ ਪਾਪਾ ਵੀ ਸੇਵਾ ਕਾ ਬਹੁਤ ਕਰਦਾ ਸੀ ਦੂਰ ਦੂਰ ਤੇ ਵੀ ਦੋ ਆਦਮੀਆਂ ਨੂੰ ਤੀਸਰਾ ਆਦਮੀ ਇਹ ਸੀ ਦੋ ਆਦਮ ਜੀ ਹੁਣ ਅਮਾਉਂਟ ਦਾ ਕੀ ਕਰੋਗੇ ਇਹਦਾ ਕੀ ਮੰਡ ਦਾ ਜੀ ਅਸੀਂ ਵੀ ਘਰ ਬਾਹਰ ਪਾਵਾਂਗੇ ਥਾਂ ਥਾਥਾ ਲਾਵਾਂਗੇ ਘਰ ਬਾਹਰ ਪਾ ਕੇ ਵੀ ਆਂ ਬੱਚਿਆਂ ਦੀ ਜ਼ਿੰਦਗੀ ਬਾਰੇ ਸੋਚਾਂ